ਨਾਮਧਾਰੀ ਸੰਪਰਦਾ ਦੇ ਗੁਰੂ ਮਾਤਾ ਚੰਦ ਕੌਰ ਦਾ ਅੱਜ ਭੈਣੀ ਸਾਹਿਬ ਵਿਖੇ ਸ਼ਰਧਾਂਜਲੀ ਦੇਣ ਉਪਰੰਤ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖਾਸ ਤੌਰ ਉੱਤੇ ਸ਼ਿਰਕਤ ਕੀਤੀ। ਕਾਬਲੇ ਗੌਰ ਹੈ ਕਿ ਮਾਤਾ ਚੰਦ ਕੌਰ ਨੂੰ ਦੋ ਅਗਿਆਤ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਇਸ ਮੌਕੇ ਕੀਤੇ ਹੋਏ ਸਨ। ਉੱਧਰ ਨਾਮਧਾਰੀ ਸੰਪਰਦਾ ਦੇ ਸੈਂਕੜੇ ਲੋਕਾਂ ਨੇ ਹੱਥਾਂ ਵਿੱਚ ਬੈਨਰ ਫੜ ਕੇ ਠਾਕੁਰ ਦਲੀਪ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਪੁਲਿਸ ਵੱਲੋਂ ਇਸ ਕਤਲ ਦੀ ਜਾਂਚ ਲਈ ਖਾਸ ਟੀਮ ਦਾ ਗਠਨ ਕੀਤਾ ਜਾ ਚੁੱਕਿਆ। ਇਸ ਤੋਂ ਇਲਾਵਾ ਪੁਲਿਸ ਵੱਲੋਂ ਹਮਲਾਵਰਾਂ ਦੇ ਸਕੈਚ ਵੀ ਜਾਰੀ ਕੀਤੇ ਗਏ ਨੇ। ਇਹ ਕਦੇ ਸੋਚਿਆ ਨਹੀਂ ਜਾ ਸਕਦਾ ਸੀ ਕਿ ਮਾਤਾ ਜੀ 'ਤੇ ਹਮਲਾ ਹੋਊ। ਬੜਾ ਦੁੱਖ ਹੈ, ਬੜਾ ਅਫਸੋਸ ਹੈ, ਗਹਿਰਾ ਸਦਮਾ ਹੈ। ਇਸ ਤਰ੍ਹਾਂ ਦਾ ਭਾਣਾ ਜ਼ੁਲਮ ਹੋਇਆ, ਪਾਪ। ਦੇਖੋ, ਇਸ ਤਰ੍ਹਾਂ ਦਾ ਵੀ ਜਿਹੜੇ ਮੁਲਜ਼ਮ ਹੈ ਉਹ ਫੜੇ ਜਾਣ, ਅਤੇ ਬਾਕੀ ਅੱਜ ਮੌਕਾ ਇਹ ਨਹੀਂ ਕਿ ਕੋਈ ਇਹੋ ਜਿਹੀਆਂ ਗੱਲਾਂ ਮੈਂ ਕਰਾਂ। ਮੈਂ ਤਾਂ ਕਦੇ ਕਿਸੇ ਦੇ ਇਹੋ ਜਿਹੀ ਗੱਲ ਕਿਸੇ ਚੀਜ਼ ਨੂੰ ਪੋਲੀਟੀਕਾਈਜ਼, ਉਹ ਹਰ ਗੱਲ ਨੂੰ ਪੋਲੀਟੀਕਾਈਜ਼ ਕਰ ਅਤੇ ਫਿਰ ਇਨਕੁਆਇਰੀ ਕਰਨਗੇ ਜੀ। ਦੇਖੋ, ਮੈਂ ਇਹੋ ਜਿਹੇ ਕਰਕੇ ਪੋਲੀਟਿਕਸ ਨਹੀਂ ਖੇਡਣੀ ਚਾਹੀਦੀ। ਮੈਂ ਹੁਣੇ ਇੱਥੇ ਆ ਰਿਹਾ ਸਿੱਧਾ ਹੀ, ਮੇਰਾ ਕਿਸੇ ਜਗ੍ਹਾ ਪ੍ਰੋਗਰਾਮ ਸੀ, ਛੱਡ ਕੇ ਇੱਥੇ ਆਏ। ਹੁਣ ਅਫਸਰਾਂ ਨੂੰ ਮਿਲਾਂਗੇ, ਪੁੱਛਾਂਗੇ। ਬੜੀ ਬਦਕਿਸਮਤੀ ਹੈ ਸਾਡੇ ਦੇਸ਼ ਦੀ ਕਿ ਅਪੋਜੀਸ਼ਨ ਵਾਲੇ ਹਰ ਗੱਲ 'ਤੇ ਉਹਨੂੰ ਪੋਲੀਟੀਕਲਾਈਜ਼ ਕਰਦੇ। ਇਹ ਹੁਣ ਪੋਲੀਟੀਕਲਾਈਜ਼ ਕਰਨ ਦਾ ਮੌਕਾ ਹੈ। ਇਸ ਤਰ੍ਹਾਂ ਦੀਆਂ ਹਸਤੀਆਂ ਜ਼ਿੰਦਗੀ ਵਿੱਚ ਕਦੀ ਕਦੀ ਤੁਹਾਨੂੰ ਦਰਸ਼ਨ ਕਰਨ ਦਾ ਮੌਕਾ ਮਿਲਦਾ, ਜਿਨ੍ਹਾਂ ਸਾਰੀ ਉਮਰ ਨਿਸਵਾਰਥ ਸਿਰਫ ਸੰਗਤ ਦੀ ਸੇਵਾ ਕੀਤੀ ਹੈ। ਸ਼ਾਇਦ ਆਪਣੇ 'ਚੋਂ ਬਹੁਤ ਜਣੇ ਕਦੀ ਸੋਚ ਵੀ ਨਹੀਂ ਸੀ ਸਕਦੇ ਕਿ ਅੱਜ ਮਾਤਾ ਜੀ ਸ਼ਾਇਦ 85 ਤੋਂ ਉੱਪਰ ਸਨ। ਅੱਜ ਵੀ ਆਪਣੇ ਹੱਥੀਂ ਕਦੀ ਇੱਟਾਂ ਫੜਾਉਣੀਆਂ ਨੇ, ਕਦੀ ਸੰਗਤ ਦੇ ਭਾਂਡੇ ਮਾਂਜਣੇ ਨੇ, ਕਦੀ ਲੰਗਰ ਕਰਨਾ। ਸਵੇਰ ਤੋਂ ਲੈ ਕੇ ਸਾਰਾ ਸ਼ਾਮ ਤੱਕ ਸਾਰਾ ਟਾਈਮ ਉਹਨਾਂ ਨੇ ਸੇਵਾ ਵਿੱਚ ਕੱਢਣਾ। ਸੇਵਾ ਤੋਂ ਬਾਅਦ ਜੇ ਉਹਨਾਂ ਕੋਲ ਕਿਸੇ ਨੇ ਆਉਣਾ, ਇਹ ਹਾਦਸਾ ਵੀ ਉਸੇ ਕਰਕੇ ਹੋਇਆ, ਕੋਈ ਗਰੀਬ ਨੇ ਆਉਣਾ, ਮੇਰਾ ਇਲਾਜ ਕਰਾ ਦਿਓ, ਮਾਤਾ ਜੀ ਮੈਨੂੰ ਪੈਸੇ ਦੇ ਦਿਓ, ਮੇਰੇ ਬੱਚੇ ਨੂੰ ਪੜ੍ਹਨ ਵਾਸਤੇ ਚਾਹੀਦਾ, ਮੇਰੇ ਬੱਚੇ ਦੀ ਫੀਸ ਨਹੀਂ ਦਿੱਤੀ ਜਾਂਦੀ, ਮੇਰੇ ਤੋਂ ਇਲਾਜ ਨਹੀਂ ਕਰਵਾਇਆ ਜਾਂਦਾ, ਮਾਤਾ ਜੀ ਉਹਦੇ 'ਚ ਮਦਦ ਕਰਨੀ। ਇਹ ਨਹੀਂ ਦੇਖਣਾ ਕਿ ਇਹ ਨਾਮਧਾਰੀ ਹੈ, ਇਹ ਕਿਹੜੀ ਜਾਤ ਦਾ, ਇਹ ਕਿਹੜੀ ਪਾਤ ਦਾ, ਇਹ ਕਿਹੜੇ ਧਰਮ ਦਾ। ਇਹ ਬਹੁਤ ਜਣੇ ਡਰਦੇ ਵੀ ਹੁੰਦੇ ਸੀ ਕਿ ਮਾਤਾ ਜੀ ਆਪ ਜੀ ਕੋਲ ਕਿਸੇ ਤਰ੍ਹਾਂ ਦਾ ਵੀ ਬੰਦਾ ਆ ਸਕਦਾ। ਮਾਤਾ ਜੀ ਕਹਿਣਾ ਮੇਰੇ ਕੋਲ ਤਾਂ ਮੰਗਣ ਵਾਲੇ ਆਉਣਾ ਹੀ ਹੈ, ਅਤੇ ਮੈਂ ਉਹਨਾਂ ਲਈ ਮੇਰੇ ਦਰਵਾਜ਼ੇ ਸਦਾ ਸਦਾ ਹੀ ਖੁੱਲ੍ਹੇ ਰਹਿਣੇ ਨੇ। ਹਰਕਤ ਹੋਈ ਹੈ ਔਰ 88 ਸਾਲ ਕੀ ਇਤਨੀ ਪਾਕ ਰੂਹ, ਇਤਨੀ ਸਾਫ਼ ਸੁਥਰੀ ਰੂਹ, ਜੋ ਸਾਰੇ ਇਲਾਕੇ ਕੇ ਲੋਕ ਆ ਕੇ ਪੂਛਦੇ ਥੇ। ਔਰ ਲੇਡੀ ਕਾ ਉੱਪਰ ਹਮਲਾ ਕਰਨਾ, ਜਿਸਨੇ ਵੀ ਕੀਆ ਹੈ, ਜੋ ਵੀ ਸਾਜਿਸ਼ ਹੋਈ ਹੈ, ਉਸਕੀ ਹੋਰ ਸ਼ਬਦੋਂ ਮੈਂ ਨਿੰਦਾ ਕੀਆ।